ਕੱਲਾ ਓਮ ਗਲੋਬਲ ਐਸਾ ਇੰਡਸਟਰੀ ਦੇ ਵਿੱਚ ਅੱਗੇ ਹੋ ਕੇ ਆਇਆ ਕਿ ਜਿਹੜਾ 2 ਦਿਨ ਦੇ ਵਿੱਚ ਬੱਚੇ ਦੀ ਫਾਈਲ ਅੰਬੈਸੀ ਤੱਕ ਪਹੁੰਚਾਇਆ ਰ ਤੁਸੀਂ ਸਟੂਡੈਂਟ ਆਪਣਾ ਪੈਸਾ ਬਚਾ ਸਕਦਾ ਪਰ ਅੰਬੈਸੀ ਨੇ ਇਸ ਨੂੰ ਪਾਇਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਦੇ ਹੋ ਵੀ ਕਿਵੇਂ ਬਚਾ ਸਕਦਾ ਕਮਨਟ ਜਿਹੜੀ ਇਹ ਚੀਜ਼ ਕਹਿੰਦੀ ਹੈ ਕਿ ਜਿਹੜੇ ਬੱਚੇ ਦੀ ਫਾਈਲ 31 ਦਸੰਬਰ ਤੋਂ ਪਹਿਲੇ ਪਹਿਲੇ ਸਬਮਿਟ ਹੋ ਜਾਏਗੀ ਉਹਦੀ ਜੀਆਈਸੀ 10200 ਡਾਲਰ ਰਹੇਗੀ ਜਾਦੇ ਕੰਸਲਟੈਂਟ ਇਹ ਬੋਲਦੇ ਆ ਵੀ ਹਜੇ ਸੀਟਾਂ ਹੀ ਨੇ ਅਵੇਲੇਬਲ ਹੈਗੀਆਂ ਜਰਮਨੀ ਇੰਜ ਟੈਕ ਜਾਂ ਤੁਸੀਂ ਚੈਨ ਇਨਟੈਕ ਦੇ ਵਿੱਚ ਵੀ ਜਿੱਦੇ ਚ ਸੀਟਸ ਅਵੇਲੇਬਲ ਨੇ ਮੇਨ ਟੈਕ ਦੇ ਵਿੱਚ ਵੀ ਸੀਟਸ ਅਵੇਲੇਬਲ ਨੇ ਪਤਾ ਨਹੀਂ ਹਾਈ ਕੁਆਲਿਟੀ ਕੋਈ ਵੀ ਆ ਵੀ ਯਾਰ ਤੁਸੀਂ ਅਜੇ ਸਤੰਬਰ ਦੇ ਵਿੱਚ ਸਟੂਡੈਂਟ ਨੇ ਜਾਣਾ ਸੀ ਦਸੰਬਰ ਚ ਇਹਦੀ ਫਾਈਲ ਆ ਰਹੇ ਹੋ ਅਗਰ ਕੋਈ ਐਸੇ ਐਪਲੀਕੈਂਟ ਹੈਗੇ ਕਿ ਜਿਹਨੇ ਸਪਾਊਸ ਵੀਜ਼ੇ ਦੇ ਨਾਲ ਨਾਲ ਆਪਦੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਉਹਨਾਂ ਦੇ ਵੀ ਵੀਜ਼ਾਸ ਗ੍ਰਾਂਟ ਹੋਣਗੇ ਕੈਨੇਡਾ ਤੋਂ ਚਾਹੇ 10 ਤੋਂ 15 ਵਾਰ ਰਿਵਿਊਜ਼ ਹੋ ਗਏ ਆ ਤੁਸੀਂ ਸਾਡੀ ਟੀਮ ਨੂੰ ਆ ਕੇ ਮਿਲ ਸਕਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਵੀਜ਼ਾ ਪੋਡਕਾਸਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਗੱਲ ਕਰਾਂਗੇ ਸਟੱਡੀ ਬ੍ਰਾਡ ਦੀ ਸਟੱਡੀ ਇਨ ਕੈਨੇਡਾ ਦੀ ਜਿਹੜੇ ਸਟੂਡੈਂਟ ਕੈਨੇਡਾ ਪੜ੍ਹਨਾ ਚਾਹੁੰਦੇ ਆ ਰੂਲਸ ਚੇਂਜ ਹੋਏ ਆ ਕੀ ਚੇਂਜ ਹੋਏ ਆ ਕਿਸ ਤਰ੍ਹਾਂ ਦੇ ਨਾਲ ਸਟੂਡੈਂਟ ਨੂੰ ਹੁਣ ਵੀ ਬੈਨੀਫਿਟ ਹੋ ਸਕਦਾ ਹੈ ਅਗਲੇ 15 20 ਦਿਨ ਸਾਰੀਆਂ ਗੱਲਾਂ ਬਾਤਾਂ ਜਾਣਾਂਗੇ ਸਾਡੇ ਨਾਲ ਨੇ ਓਮ ਗਲੋਬਲ ਤੋਂ ਰਿੱਕੀ ਸੰਧੂ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ ਜੀ ਜੀ ਸਭ ਤੋਂ ਪਹਿਲਾਂ ਇਹੀ ਜਾਣਾਂਗੇ ਜਿਸ ਤਰ੍ਹਾਂ ਦੇ ਨਾਲ ਜੀਏਸੀ ਦੀ ਵਡੌਤਰੀ ਹੋਈ ਹੈ ਸਟੂਡੈਂਟ ਬਹੁਤ ਕਨਫਿਊਜ਼ ਹੋਇਆ ਪਿਆ ਜਾਂ ਡਰ ਵੀ ਰਿਹਾ ਕਿ ਜਿਹੜਾ ਉਹਨਾਂ ਦਾ ਖਰਚਾ ਬਹੁਤ ਜ਼ਿਆਦਾ ਵੱਧ ਗਿਆ ਹੈ ਤੁਸੀਂ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਦੇਖਦੇ ਹੋ ਪੂਰੇ ਮਸਲੇ ਨੂੰ ਸੋ ਦੇਖੋ ਖਰਚਾ ਤੇ ਬਿਲਕੁਲ ਵਧੀਆ ਜੀ ਦੋ ਤਰ੍ਹਾਂ ਦੇ ਐਪਲੀਕੈਂਟਸ ਇਹਦੇ ਵਿੱਚ ਹੋਣਗੇ ਇੱਕ ਐਸਾ ਸਟੂਡੈਂਟ ਜਿਹਦੇ ਕੋਲ ਲਿਮਿਟਿਡ ਜਿਹਾ ਪੈਸਾ ਹੈ ਜਾਂ ਮਿਡਲ ਕਲਾਸ ਫੈਮਿਲੀ ਵਾਲਾ ਬੰਦਾ ਜਿਹੜਾ ਕਿ 2635 ਜੋ ਕਿ ਵੱਧ ਕੇ ਜੀਏਸੀ ਹੋਈ ਹੈ ਉਹ ਨਹੀਂ ਅਫੋਰਡ ਕਰ ਸਕਦਾ ਉਹਦੇ ਲਈ ਲਿਮਿਟਿਡ ਜੇਕਰ ਕ੍ਰੂਸ਼ਲ ਜਿਹੜੇ ਆ 10 12 15 ਦਿਨ ओम ग्लोबल ਇਸ ਵਿੱਚ ਹੈਲਪ ਕਰੇਗਾ ਜੋ ਕਿ ਅਸੀਂ ਫਾਸਟ ਟਰੈਕ ਐਪਲੀਕੇਸ਼ਨ ਲੈ ਕੇ ਆਏ ਜਿਹਦੇ ਵਿੱਚ 48 ਘੰਟੇ 2 ਦਿਨ ਦੇ ਵਿੱਚ ਆਫਰ ਲੈਟਰ ਤੋਂ ਲੈ ਕੇ ਬੱਚੇ ਦੀ ਫਾਈਲ ਐਮਬੈਸੀ ਤੱਕ ਅਸੀਂ ਪਹੁੰਚਾ ਸਕਦੇ ਹਾਂ ਬੈਨੀਫਿਟ ਇਹ ਰਹੇਗਾ ਕਿ ਬੱਚਾ 10200 ਡਾਲਰ ਪੇ ਕਰਕੇ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦਾ ਇਨਸਟੈਂਟ ਕੀ ਜਿਹੜਾ 2635 ਡਾਲਰ ਦੇਣਾ ਚਾਹੁੰਦੇ ਸੀਗੇ ਆਲਮੋਸਟ 6.5 ਤੋਂ 7 ਲੱਖ ਰੁਪਏ ਬੱਚਾ ਆਪ ਦਾ ਬਚਾ ਸਕਦਾ ਦੂਜੇ ਪਾਸੇ ਤੋਂ ਦੇਖਦੇ ਕਿ ਜਿਹੜੇ ਬੱਚੇ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਸਟਰੋਂਗ ਨੇ ਮੈਟਰ ਨਹੀਂ ਕਰਦਾ ਫੀਸ ਜਾਂ ਜੀਆਈਸੀ ਜਿਹੜਾ 10200 ਆ ਜਾਂ 2635 ਉਹ ਬਾਅਦ ਵਿੱਚ ਵੀ ਕੈਲਕੂਲੇਸ਼ਨ ਕਰ ਸਕਦੇ ਬਟ ਜਿਹੜਾ ਸਟੂਡੈਂਟ 6.5 ਤੋਂ 7 ਲੱਖ ਰੁਪਏ ਬਚਾਉਣਾ ਚਾਹੁੰਦਾ ਉਹ ਆਪ ਦੀ ਫਾਈਲ ਵਿਦਨ 10-12 ਦਿਨ ਦੇ ਵਿੱਚ ਆਪਣੀ ਸਬਮਿਟ ਕਰੇ ਸੋ ਦੈਟ ਕਿ ਬੱਚੇ ਦਾ ਇਹ ਪੈਸਾ ਜਿਹੜਾ ਸੇਵ ਹੋ ਜਾਏਗਾ ਪਾ ਜੀ ਤੁਸੀਂ ਕਹਿਆ ਵੀ ਹੁਣੇ ਜਿਹੜਾ ਸਟੂਡੈਂਟ ਆਪਣਾ ਪੈਸਾ ਬਚਾ ਸਕਦਾ ਪਰ ਐਮਬੈਸੀ ਨੇ ਇਸ ਨੂੰ ਪਾਇਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਦੇ ਹੋ ਵੀ ਕਿਵੇਂ ਬਚਾ ਸਕਦਾ ਤੁਸੀਂ ਕਹਿ ਰਹੇ ਹੋ ਵੀ ਜਨਵਰੀ 2024 ਤੋਂ ਲਾਗੂ ਹੋਣਗੀਆਂ ਜਾਂ ਹੁਣ ਤੋਂ ਹੀ ਲਾਗੂ ਹੈਗੀ ਇਹ ਸਾਰਾ ਦੇਖੋ ਲਾਗੂ ਹੁਣ ਚੀਜ਼ ਤੋਂ ਜਿਹੜੀ ਅਨਾਉਂਸਮੈਂਟ ਹੁਣ ਤੋਂ ਹੀ ਹੋ ਗਈ ਹੈ ਐਪਲੀਕੇਬਲ ਜਿਹੜਾ ਹੈਗਾ ਇਹ ਜਨਵਰੀ 1 2024 ਹੋਏਗਾ ਇਸ ਤੋਂ ਪਹਿਲੇ ਪਹਿਲੇ ਆਫੀਸਰ ਇਹ ਗੱਲ ਐਮਬੈਸੀ ਇਹ ਗੱਲ ਕਹਿੰਦੀ ਹੈ ਔਰ ਗਵਰਨਮੈਂਟ ਜਿਹੜੀ ਇਹ ਚੀਜ਼ ਕਹਿੰਦੀ ਹੈ ਕਿ ਜਿਹੜੇ ਬੱਚੇ ਦੀ ਫਾਈਲ 31 ਦਸੰਬਰ ਤੋਂ ਪਹਿਲੇ ਪਹਿਲੇ ਸਬਮਿਟ ਹੋ ਜਾਏਗੀ रहेगी ਜਿਹੜੇ ਬੱਚੇ ਦੀ ਫਾਈਲ 1 ਜਨਵਰੀ ਐ 1 ਜਨਵਰੀ ਤੋਂ ਬਾਅਦ ਸਬਮਿਟ ਹੁੰਦੀ ਹੈ ਉਹਦੀ ਜੀਆਈਸੀ ਜਿਹੜੀ ਹੈ 2635 ਡਾਲਰ ਹੋ ਜਾਏਗੀ ਸੋ ਜਿਹੜੇ ਵੀ ਸਟੂਡੈਂਟ 6.5 7 ਲੱਖ ਰੁਪਏ ਆਪ ਦਾ ਬਚਾਣਾ ਚਾਹੁੰਦੇ ਐ ਐਕਸਟਰਾ ਨਹੀਂ ਪੇ ਕਰਨਾ ਚਾਹੁੰਦੇ ਉਹ ਬੱਚੇ ਆਪ ਦੀ ਫਾਈਲ ਨੂੰ ਪਹਿਲਾਂ ਪ੍ਰੋਸੈਸ ਕਰ ਦੇਣ ਬਹੁਤ ਸਾਰੇ ਏਜੰਟ ਐਸੇ ਐ ਕਿ ਜਿਹੜੇ ਹਜੇ ਵੀ ਸਪਟੰਬਰ ਇਨਟੇਕ ਪ੍ਰਮੋਟ ਕਰ ਰਹੇ ਐ ਬਹੁਤ ਸਾਰੇ ਬੱਚੇ ਐਸੇ ਐ ਜਿਹੜੇ 2-2 3-3 ਮਹੀਨੇ ਹੋ ਗਏ ਲੈ ਆਫਰ ਲੈਟਰ ਇਨੀ ਆਈ ਬਟ ਓਮ ਗਲੋਬਲ ਇਸ ਚੀਜ਼ ਨੂੰ ਇਨੀਸ਼ੀਏਟਰ ਲੈ ਕੇ ਆਇਆ ਕਿ ਅਸੀਂ ਤੁਹਾਡੀ ਐਪਲੀਕੇਸ਼ਨ ਜਿਸ ਦਿਨ ਤੁਸੀਂ ਸਾਡੇ ਕੋਲ ਆਂਦੇ ਹੋ 48 ਘੰਟੇ ਦੇ ਵਿੱਚ ਆਫਰ ਲੈਟਰ ਤੋਂ ਲੈ ਕੇ ਫਾਈਲ ਐਮਬੈਸੀ ਤੱਕ ਅਸੀਂ ਪਹੁੰਚਾਵਾਂਗੇ ਜੀ ਬਿਲਕੁਲ ਜਿਵੇਂ ਤੁਸੀਂ ਹੁਣੇ ਕਿਹਾ ਵੀ ਤੁਸੀਂ ਸਟੂਡੈਂਟ ਦਾ ਤਕਰੀਬਨ 10000 ਡਾਲਰ ਜਿਹੜਾ ਜੇ ਆਪਾਂ ਇੰਡੀਅਨ ਰੁਪੀਸ ਦੀ ਗੱਲ ਕਰੀਏ 6.5 ਲੱਖ ਰੁਪਿਆ ਬਚਾ ਸਕਦੇ ਹੋ ਪਰ ਦੂਜੇ ਪਾਸੇ ਜਿਆਦਾ ਕੰਸਲਟੈਂਟ ਇਹ ਬੋਲ ਰਹੇ ਆ ਵੀ ਹਜੇ ਸੀਟਾਂ ਇਨ ਅਵੇਲੇਬਲ ਹੈਗੀਆਂ ਜਰਮਨੀ ਇਨਟ ਸਤੰਬਰ 2023 ਮਨਤ ਦੇ ਵਿੱਚ ਕੋਈ ਅਪਲਾਈ ਕਰਦਾ ਤਾਂ ਅਸੀਂ ਉਹਦੇ ਬਚਾ ਦਾਂਗੇ ਸੋ ਭਾਜੀ ਦੇਖੋ ਹਰ ਇੱਕ ਦਾ ਆਪਣਾ ਆਪਣਾ ਕਾਰੋਬਾਰ ਹੁਣ ਜਿਹੜੇ ਬੰਦੇ ਕੋਲ ਜਿੰਨਾ ਕ ਰਾਸ਼ਨ ਆ ਉਹਨਾਂ ਕ ਰਾਸ਼ਨ ਵੇਚੇਗਾ ਸੇਮ ਐਜ਼ ਜਿਹੜੇ ਬੰਦੇ ਕੋਲ ਜਿੰਨੇ ਕ ਕਾਲਜਸ ਨੇ ਅਗਰ ਕਿਸੇ ਕੋਲ 2 4 5 ਕਾਲਜਸ ਸਾਂ ਜ਼ਿਆਦਾ ਆਪਸ਼ਨਸ ਨਹੀਂ ਹੈਗੀਆਂ ਸੋ ਉਹ ਬੰਦੇ ਕਹਿੰਦੇ ਕਿ ਸਤੰਬਰ ਇਨਟੇਕ ਦੇ ਵਿੱਚ ਹੈ ਜਦੋਂ ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਹੀ ਇਹ ਅਨਾਉਂਸਮੈਂਟ ਲੋਕਾਂ ਨੇ ਕਰੀ ਸੀਗੀ ਕਿ ਸਤੰਬਰ ਇਨਟੇਕ ਅਵੇਲੇਬਲ ਹੈ ਅੱਜ ਸਾਡੇ ਕੋਲ ਰੈਸ਼ਨ ਵੱਧਾ ਸਾਡੇ ਕੋਲ ਕਾਲਜਿਸ ਜ਼ਿਆਦਾ ਹੈ ਸਾਡੇ ਕੋਲ ਵੈਰਾਈਟੀ ਔਰ ਵੋਲਿਊਮ ਹੈ ਕਿ ਕਾਲਜਿਸ ਦੇ ਵਿੱਚ ਹੈ ਕਿ ਮਲਟੀਪਲ ਕਾਲਜਿਸ ਸਾਡੇ ਕੋਲ ਹੈਗੇ ਜਿਹਦੇ ਜੈਨਨ ਟੈਕ ਦੇ ਵਿੱਚ ਵੀ ਜਿਹਦੇ ਚ ਸੀਟਸ ਅਵੇਲੇਬਲ ਨੇ ਮੇਨ ਟੈਕ ਦੇ ਵਿੱਚ ਵੀ ਸੀਟਸ ਅਵੇਲੇਬਲ ਨੇ ਚਾਹੇ ਤੁਸੀਂ ਆਰਟਸ ਬੈਕਗਰਾਉਂਡ ਤੋਂ ਮੈਡੀਕਲ ਤੋਂ ਕਾਮਰਸ ਤੋਂ ਨਾਨ ਮੈਡੀਕਲ ਤੋਂ ਸਟਿਲ ਸਾਡੇ ਕੋਲ ਅਨਟੈਰੀਓ ਚ ਆਪਸ਼ਨ ਹੈ ਬ੍ਰਿਟਿਸ਼ ਕੋਲੰਬੀਆ ਚ ਆਪਸ਼ਨ ਹੈ ਅਲਬਰਟਾ ਦੇ ਵਿੱਚ ਆਪਸ਼ਨ ਹੈ ਅੱਜ ਸਾਡੇ ਕੋਲ ਜਿਹੜਾ ਬੱਚਾ ਆ ਰਿਹਾ ਹੈ ਦੋ ਦਿਨ ਚੋਂ ਦੀ ਫਾਈਲ ਐਮਬੈਸੀ ਤੱਕ ਪਹੁੰਚਾਵਾਂਗੇ ਤੇ ਸਾਰੇ ਵਾਸੇ ਬੱਚਾ ਉਦੋਂ ਦਊਗਾ ਜਦੋਂ ਬੱਚੇ ਦਾ ਵੀਜ਼ਾ ਗ੍ਰਾਂਟ ਹੋ ਜਾਏਗਾ ਹੂੰ ਬਿਲਕੁਲ ਮੇਰਾ ਇੱਕ ਸਵਾਲ ਇੱਥੇ ਵੀ ਹੈ ਕਿ ਮਈ ਸਤੰਬਰ ਇਨਟੇਕ ਲਈ ਤੁਸੀਂ ਅਪਲਾਈ ਕਰੋਗੇ ਜਾਂ ਜਨਵਰੀ ਇਨਟੇਕ ਦੇ ਲਈ ਅਪਲਾਈ ਕਰੋ ਦੇਖੋ ਬਹੁਤ ਸਾਰੇ ਕਾਲਜਿਸ ਅਗੇ ਜਿਨ੍ਹਾਂ ਦੇ ਵਿੱਚ ਜੈਨ ਇਨਟੇਕ ਵੀ ਹੈਗਾ ਸੋ ਸਟੂਡੈਂਟ ਟੂ ਸਟੂਡੈਂਟ ਵੈਰੀ ਕਰੇਗਾ ਕਿਹੜੇ ਬੱਚੇ ਨੂੰ ਜੈਨ ਮਿਲਦਾ ਕਿਹੜੇ ਨੂੰ ਮੇ ਮਿਲਦਾ ਬਟ ਚਾਹੇ ਜੈਨ ਕਰੀਏ ਚਾਹੇ ਮੇ ਕਰੀਏ ਫਾਈਲ ਬੱਚੇ ਦੀ ਅਸੀਂ 2 ਦਿਨ ਦੇ ਵਿੱਚ ਹੀ ਐਮਬੈਸੀ ਸਬਮਿਟ ਕਰਾਂਗੇ ਪਰ ਇੱਥੇ ਐਮਬੈਸੀ ਕਿਤੇ ਇਹ ਤਾਂ ਨਹੀਂ ਹਾਈ ਕਮਿਸ਼ਨ ਕਹਿੰਦਾ ਵੀ ਯਾਰ ਤੁਸੀਂ ਹਜੇ ਸਤੰਬਰ ਦੇ ਵਿੱਚ ਸਟੂਡੈਂਟ ਨੇ ਜਾਣਾ ਤੁਸੀਂ ਦਸੰਬਰ 'ਚ ਇਹਦੀ ਫਾਈਲ ਆ ਰਹੇ ਹੋ ਜਾਂ ਮਈ 'ਚ ਜਾਣਾ ਹਜੇ ਬਹੁਤ ਲੰਮਾ ਟਮ ਟਮ ਪਿਆ ਹੈ ਵੀ ਤੁਸੀਂ ਇਸ ਦੀ ਫਾਈਲ ਇੰਨੀ ਪਹਿਲਾਂ ਕਿਉਂ ਲਾ ਰਹੇ ਹੋ ਜੀਆਈਸੀ ਬਚਾਉਣ ਦੇ ਚੱਕਰ 'ਚ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੋ ਸਕਦੀ ਨਹੀਂ ਐਮਬੈਸੀ ਵੱਲੋਂ ਇਦਾਂ ਦੀ ਕੋਈ ਵੀ ਅਪਡੇਸ਼ਨ ਨਹੀਂ ਆ ਕੋਈ ਇਦਾਂ ਰਿਕੁਆਇਰਮੈਂਟ ਨਹੀਂ ਰਹੀ ਅੱਜ ਵੀ ਜਿਹੜਾ ਬੱਚਾ ਸਤੰਬਰ ਇੰਟੇਕ ਲਈ ਜਾਣਾ ਚਾਹੁੰਦਾ ਹੁਣ ਫ ਬਿਲਕੁਲ ਜਿਵੇਂ ਭਾਈ ਨੇ ਕਿਹਾ ਜੇ ਤੁਸੀਂ ਆਪਣਾ ਪੈਸਾ ਬਚਾਉਣਾ ਚਾਹੁੰਦੇ ਹੋ ਜੀਆਈਸੀ ਦਾ ਵਧਿਆ ਹੋਇਆ ਤਾਂ 31 ਦਸੰਬਰ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਫਾਈਲ ਤੁਸੀਂ ਜੇ ਐਮਬੈਸੀ ਦੇ ਵਿੱਚ ਪਹੁੰਚਾ ਲੈਣੇ ਹੋ ਲਾ ਲੈਣੇ ਹੋ ਚਾਹੇ ਤਾਂ ਉਸ ਦੇ ਨਾਲ ਤੁਹਾਡਾ ਕਾਫੀ ਬੈਨੀਫਿਟ ਹੋ ਸਕਦਾ ਤੁਸੀਂ ਓਮ ਗਲੋਬਲ ਦੇ ਨੇੜਲੇ ਆਫਿਸ ਦੇ ਵਿੱਚ ਵੀ ਮਿਲ ਸਕਦੇ ਹੋ ਹੋਰ ਕੀ ਕੀ ਓਮ ਗਲੋਬਲ ਵੱਲੋਂ ਸਟੂਡੈਂਟ ਦੇ ਬੈਨੀਫਿਟ ਲਈ ਕੰਮ ਕੀਤੇ ਜਾ ਰਿਹਾ ਕਿਸ ਤਰ੍ਹਾਂ ਦੇ ਹੈਗੇ ਆ ਦੇਖੋ ਬੈਨੀਫਿਟ ਜੇ ਅਗਰ ਗੱਲ ਕਰਦੇ ਆ ਸੋ ਮਾਨ ਦੇ ਨਾਲ ਕਹਿੰਦੇ ਆ ਕਿ ਕੱਲਾ ਓਮ ਗਲੋਬਲ ਐਸਾ ਇੰਡਸਟਰੀ ਦੇ ਵਿੱਚ ਅੱਗੇ ਹੋ ਕੇ ਆਇਆ ਕਿ ਜਿਹੜਾ 2 ਦਿਨ ਦੇ ਵਿੱਚ ਬੱਚੇ ਦੀ ਫਾਈਲ ਨੂੰ ਐਮਬੈਸੀ ਤੱਕ ਪਹੁੰਚਾਇਆ ਰਿਹਾ ਦੂਸਰੀ ਚੀਜ਼ ਇਹ ਹੈ ਕਿ ਸਾਡੇ ਕੋਲ ਐਪਲੀਕੇਸ਼ਨਸ ਕਰਦੇ ਹਾਂ ਇੱਕ ਚੀਜ਼ ਹੁੰਦੀ ਕਿ ਫਰੈਸ਼ ਸਟੂਡੈਂਟ ਹੈ ਦੂਸਰੇ ਪਾਸੇ ਚਾਹੇ 10 ਤੋਂ 15 ਵਾਰ ਵੀ ਅਗਰ ਬੱਚਾ ਰਿਫਿਊਜ਼ ਹੋ ਚੁੱਕਾ ਹੈ ਚਾਹੇ ਉਹ ਕੈਨੇਡਾ ਤੋਂ ਰਿਜੈਕਟ ਹੈ ਕੋਈ ਐਪਲੀਕੇਸ਼ਨ ਫੀਸ ਕੋਈ ਪ੍ਰੋਸੈਸਿੰਗ ਫੀਸ ਕੋਈ ਕਾਲਜ ਫੀਸ ਕੋਈ ਐਮਬੈਸੀ ਵੀਜ਼ਾ ਔਰ ਕੋਈ ਮੈਡੀਕਲ ਫੀਸ ਸਾਨੂੰ ਪਹਿਲਾਂ ਨਹੀਂ ਦੇਣੀ ਨਿੱਕੇ ਪੈਸੇ ਦਾ ਖਰਚਾ ਬੱਚੇ ਦਾ ਪਹਿਲਾਂ ਨਹੀਂ ਹੋਊਗਾ ਸਾਰੇ ਪੈਸੇ ਅਸੀਂ ਉਦੋਂ ਲਵਾਂਗੇ ਜਦੋਂ ਬੱਚੇ ਦਾ ਵੀਜ਼ਾ ਗ੍ਰਾਂਟ ਹੋ ਜਾਏਗਾ ਸ਼ਰਤ ਸਿਰਫ ਇੱਕ ਰਹੇਗੀ ਕਿ ਜਿਹੜਾ ਸਟੂਡੈਂਟ ਕੈਨੇਡਾ ਜਾਣਾ ਚਾਹੁੰਦਾ ਆਪਦਾ ਪੈਸਾ ਬਚਾਣਾ ਚਾਹੁੰਦਾ ਆਪਣੀ ਸਿਰਫ ਤੇ ਸਿਰਫ 10200 ਡਾਲਰ ਜੀਏਸੀ ਅਰੇਂਜ ਕਰਕੇ ਰੱਖੇ ਸੋ ਥੈਟ ਕਿ ਬੱਚੇ ਦੀ ਜੀਏਸੀ ਅਰੇਂਜ ਆ ਬਾਕੀ ਸਾਰੇ ਖਰਚੇ ਅਸੀਂ ਕਰਾਂਗੇ ਸਾਡੇ ਵੱਲੋਂ ਕੋਈ ਵੀ ਚੀਜ਼ ਉੱਤੇ ਢਿੱਲ ਨਹੀਂ ਹੋਏਗੀ ਇਵ ਅਸੀਂ ਕੰਮ ਕਰ ਰਹੇ ਹਾਂ ਔਰ ਸੰਡੇ ਤੱਕ ਅਸੀਂ ਓਪਨ ਕਰੇ ਹੋਇਆ ਹੈ ਕਿ ਜਿਹੜੇ ਸਟੂਡੈਂਟ ਵਿਲਿੰਗ ਹੈਗੇ ਆ ਜਿਹੜੇ ਸਟੂਡੈਂਟ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੈਗੇ ਆਪ ਦਾ 6.5-7 ਲੱਖ ਰੁਪਇਆ ਬਚਾਉਣਾ ਚਾਹੁੰਦੇ ਆ ਉਹਨਾਂ ਦੀ ਫਾਈਲ ਅਸੀਂ 2 ਤੋਂ 3 ਦਿਨ ਦੇ ਵਿੱਚ ਲਾ ਕੇ ਐਮਬੈਸੀ 'ਚ ਜਨਵਰੀ ਤੱਕ ਉਹ ਬੱਚਾ ਨੂੰ ਵੀਜ਼ਾ ਹਾਸਲ ਕਰਵਾ ਸਕੀਏ ਬਿਲਕੁਲ ਜਿਵੇਂ ਤੁਸੀਂ ਰਿਫਿਊਜ਼ਲ ਦੀ ਗੱਲ ਕੀਤੀ ਹੈ ਜਿਹਨਾਂ ਦਾ ਰਿਫਿਊਜ਼ ਹੋਇਆ ਹੈ ਜਾਂ ਗੈਪ ਪੈ ਚੁੱਕਾ ਹੈ ਉਹ ਵੀ ਸਟੂਡੈਂਟ ਅਪਲਾਈ ਕਰ ਸਕਦੇ ਆ ਕੀ ਨਾਲ ਦੀ ਨਾਲ ਸਪਾਊਸ ਲਈ ਕੋਈ ਆਪਸ਼ਨ ਬਚਦੀ ਹੈ ਇੱਥੇ ਦੇਖੋ ਸਪਾਊਸ ਪਹਿਲਾਂ ਵੀ ਵੀਜ਼ਾ ਗ੍ਰਾਂਟ ਇੱਕ ਬੈਨੀਫਿਟ ਜ਼ਰੂਰ ਇਹਦੇ ਵਿੱਚ ਮਿਲੇਗਾ ਕਿ ਅੱਜ ਤੁਸੀਂ 10200 ਐਗਜ਼ਾਮਪਲ ਜਿਹੜਾ ਬੱਚਾ ਹੈ ਸਾਲ ਦੀ ਫੀਸ ਦੇ ਨਾਲ ਸਾਲ ਦੀ ਜੀਏਸੀ ਦੇ ਨਾਲ 16 ਤੋਂ 18 ਲੱਖ ਰੁਪਏ ਖਰਚ ਕੇ ਕੈਨੇਡਾ ਜਾਂਦਾ ਸੀਗਾ 1 ਜਨਵਰੀ ਤੋਂ ਬਾਅਦ ਦੀਆਂ ਜਿਹੜੀਆਂ ਐਪਲੀਕੇਸ਼ਨਸ ਹੋਣਗੀਆਂ ਉਹੀ ਬੱਚਾ 18 ਲੱਖ ਵਾਲਾ 24 ਤੋਂ 25 ਲੱਖ ਖਰਚੂਗਾ ਸੋ ਹੁਣ ਦੀ ਜਿਹੜੀ ਐਪਲੀਕੇਸ਼ਨਸ ਅਗੇ ਕੋਈ ਐਕਸਟਰਾ ਇੰਪੈਕਟ ਇਹਦੇ ਵਿੱਚ ਨਹੀਂ ਪੈਗਾ ਬਿਲਕੁਲ ਸਪਾਊਸ ਦੇ ਵੀ ਵੀਜ਼ਾਸ ਲੱਗਣਗੇ ਔਰ ਅਗਰ ਕੋਈ ਐਸੇ ਐਪਲੀਕੈਂਟ ਹੈਗੇ ਕਿ ਜਿਹਨੇ ਸਪਾਊਸ ਵੀਜ਼ਾ ਦੇ ਨਾਲ ਨਾਲ ਆਪਦੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਉਹਨਾਂ ਦੇ ਵੀ ਵੀਜ਼ਾਸ ਗ੍ਰਾਂਟ ਹੋਣਗੇ ਔਰ ਅੱਜ ਦੀ ਡੇਟ ਦੀ ਅਗਰ ਮੈਂ ਗੱਲ ਕਰਦਾ ਜਦੋਂ 10 ਅਗਸਤ ਨੂੰ ਰੂਲ ਅਪਡੇਟ ਹੋਇਆ ਸੀਗਾ 10 ਅਗਸਤ ਤੋਂ ਲੈ ਕੇ ਅੱਜ ਟਿਲ ਡੇਟ ਤੱਕ ਇੱਕ ਵੀ ਰਿਫਿਊਜ਼ਲ ਦੇਖਣ ਨੂੰ ਨਹੀਂ ਮਿਲੀ ਔਰ ਜਿਹੜੇ ਐਪਲੀਕੈਂਟ ਐਸੇ ਸੀਗੇ ਕਿ ਐਮਬੈਸੀ ਆਫੀਸਰ ਵੱਲੋਂ ਡਿਕਲਾਈਨ ਹੋਏ ਸੀਗੇ ਸਵੇਰੇ ਫਾਈਲ ਕੀਤੀ ਹੈ ਸ਼ਾਮੀ ਉਹਨਾਂ ਦੇ ਵੀਜ਼ਾ ਗ੍ਰਾਂਟ ਹੋਇਆ ਸੋ ਅੱਜ ਕੈਨੇਡਾ ਦੋਵੇਂ ਹੱਥ ਅੱਗੇ ਕਰਕੇ ਵੀਜ਼ਾਸ ਗ੍ਰਾਂਟ ਕਰ ਰਿਹਾ ਸੋ ਬੜਾ ਸੁਨਹਿਰੀ ਮੌਕਾ ਉਹਨਾਂ ਵਿਦਿਆਰਥੀਆਂ ਲਈ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਆ ਆਪਦਾ ਪੈਸਾ ਬਚਾਣਾ ਚਾਹੁੰਦੇ ਆ ਤੇ ਪੈਸੇ ਸਾਰੇ ਵੀਜ਼ਾ ਤੋਂ ਬਾਅਦ ਲੈਣਾ ਚਾਹੁੰਦੇ ਆ ਉਹ ਸਾਡੀ ਟੀਮ ਨੂੰ ਆ ਕੇ ਕਿਸੇ ਵੀ ਨਜ਼ਦੀਕੀ ਬ੍ਰਾਂਡ ਦੇ ਵਿੱਚ ਮਿਲ ਕੇ ਕਹਿਣ ਦਾ ਜਾਂਦਾ ਸੁਪਨਾ ਸাকার ਕਰ ਸਕਦੇ ਆ ਭਾਜੀ ਇੱਕ ਇੱਕ ਗੱਲ ਕਰੂੰਗਾ ਵੀ ਬਹੁਤੇ ਜਿਹੜੇ ਕੰਸਲਟੈਂਟ ਨੇ ਬੋਲਦੇ ਆ ਕਿ ਯਾਰ ਸਪਾਊਸ ਦਾ ਤੁਸੀਂ ਨਾਲ ਨਾ ਲਾਓ ਸਪਾਊਸ ਦਾ ਬਾਅਦ ਲਾਓ ਕਿਉਂਕਿ ਹੋ ਸਕਦਾ ਇੱਕ ਇੱਕ ਬੰਦੇ ਦੀ ਜਿਹੜੀ ਫਾਈਲ ਹੈ ਜਾਂ ਕੁਝ ਉਸ ਫਾਈਲ ਦੇ ਵਿੱਚ ਕੋਈ ਮੜਮੋਟਾ ਲੂਜ਼ ਪੁਆਇੰਟ ਹੈਗਾ ਵੀ ਉਹਦੇ ਕਰਕੇ ਕਿਤੇ ਦੂਜੇ ਦੀ ਵੀ ਨਾ ਰਿਫਿਊਜ਼ਲ ਆ ਜਾਵੇ ਮੇਨ ਐਪਲੀਕੈਂਟ ਦੀ ਪਰ ਤੁਸੀਂ ਕਹਿ ਰਹੇ ਹੋ ਵੀ ਬੱਚੇ ਸਪਾਊਸ ਛੱਡੋ ਅਸੀਂ ਕਿਡਜ਼ ਨੂੰ ਵੀ ਨਾਲ ਭੇਜ ਦਾਂਗੇ ਕਿ ਇਸ ਤਰ੍ਹਾਂ ਦੇ ਕੋਈ ਵੀਜ਼ਾ ਆਇਆ ਹੈ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਪ੍ਰੋਫਾਈਲ ਆਈ ਹੈ ਮਾਨ ਦੇ ਨਾਲ ਕਹਾਂਗੇ ਪੰਜਾਬ ਦੀ ਸਭ ਤੋਂ ਪਹਿਲੀ ਐਸੀ ਕੰਪਨੀ ਜਿਹਨੇ ਸਭ ਤੋਂ ਜ਼ਿਆਦਾ ਸਪਾਊਸ ਵੀਜ਼ਾਸ ਲਏ ਔਰ ਵਿਦ ਕਿਡ ਵੀਜ਼ਾਸ ਲਏ ਆ ਇਹਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਆਂ ਲਾਸਟ ਇੱਕ ਮੈਂ ਵੀਜ਼ਾ ਲਿਆ ਸੀਗਾ ਗ੍ਰੈਜੂਏਟ ਐਪਲੀਕੈਂਟ ਆਲਮੋਸਟ 15 ਸਾਲ ਦਾ ਗੈਪ ਆਸਟ੍ਰੇਲੀਆ ਤੋਂ ਰਿਜੈਕਟ ਯੂਕੇ ਤੋਂ ਡਿਪੋਰਟ ਆਸਟ੍ਰੇਲੀਆ ਤੋਂ ਬੈਨ ਔਰ ਕੈਨੇਡਾ ਤੋਂ ਰਿਫਿਊਜ਼ ਸਟਿਲ ਅਸੀਂ ਉਹਦਾ ਸਪਾਊਸ ਵੀਜ਼ਾ ਲਿਆ ਔਰ ਐਸੇ ਐਪਲੀਕੈਂਟ ਵੀ ਹੈ ਕਿ ਮੇਨ ਐਪਲੀਕੈਂਟ ਪਲੱਸ 2 ਆ ਸਪਾਊਸ ਅਨਪੜ ਹੈ ਉਹਦਾ ਵੀਜ਼ਾ ਲਿਆ ਔਰ ਐਸੇ ਐਪਲੀਕੈਂਟ ਵੀ ਸੀਗੇ ਕਿ ਹਸਬੰਡ ਵਾਈਫ ਦਾ ਤੇ ਵੀਜ਼ਾ ਲਿਆ ਲਿਆ ਨਾਲ ਦੋ ਬੱਚਿਆਂ ਦਾ ਵੀ ਵੀਜ਼ਾ ਲਿਆ ਸੋ ਲੂਪ ਹੋਲਸ ਦੀ ਕੋਈ ਗੱਲ ਨਹੀਂ ਹੁੰਦੀ ਸਰ ਇੰਨਾ ਐਕਸਪੀਰੀਅੰਸ ਹੈਗਾ ਜਦੋਂ ਅਪਡੇਸ਼ਨ ਆਈ ਸੀਗੀ ਸਪਾਊਸ ਵੀਜ਼ਾਸ ਨੂੰ ਲੈ ਕੇ ਐਮਬੈਸੀ ਨੇ ਨੋਟੀਫਾਈ ਕੀਤਾ ਸੀ ਕਿ ਜੁਲਾਈ 2022 ਦੇ ਵਿੱਚ ਕਿ ਤੁਸੀਂ ਆਪਣੇ ਸਪਾਊਸ ਔਰ ਕਿਡ ਦੇ ਨਾਲ ਫਾਈਲ ਲਾ ਸਕਦੇ ਹੋ ਬਟ ਕਿਸੇ ਵੀ ਏਜੰਟ ਨੇ ਉਹਦੀ ਫਾਈਲ ਨਹੀਂ ਲਾਈ ਕਿਉਂਕਿ ਐਮਬੈਸੀ ਵੱਲੋਂ ਡਾਕੂਮੈਂਟ ਚੈਕਲਿਸਟ ਜਾਰੀ ਨਹੀਂ ਹੋਈ ਸੀਗੀ ਅੱਜ ਵੀ ਕਈ ਕੰਸਲਟੈਂਟ ਐਸੇ ਨੇ ਜਿਨ੍ਹਾਂ ਨੇ ਹਜੇ ਤੱਕ ਇੱਕ ਵੀ ਸਪਾਊਸ ਵੀਜ਼ਾ ਅਪਲੀਕੇਸ਼ਨ ਨਹੀਂ ਲਈ ਸੋ ਸਾਡੀ ਐਕਸਪਰਟ ਟੀਮ ਹੈ ਪੁਨੀਤ ਭਾਜੀ ਆਲਰੇਡੀ ਕੈਨੇਡਾ ਦੇ ਵਿੱਚ ਬੈਠੇ ਆ ਸਾਡੀ ਲਾਅ ਟੀਮ ਕੈਨੇਡਾ ਦੇ ਵਿੱਚ ਬੈਠੀ ਹੋਈ ਹੈ ਸਾਨੂੰ ਪਤਾ ਹੈ ਕਿ ਕਿਹੜੇ ਡਾਕੂਮੈਂਟੇਸ਼ਨ ਲੱਗਣੇ ਆ ਕਿਹੜੇ ਕਿਸ ਤਰੀਕੇ ਨਾਲ ਲੱਗਣਗੇ ਔਰ ਜਿੰਨੇ ਵੀ ਸਪਾਊਸ ਵੀਜ਼ੇ ਲਏ ਅਸੀਂ ਸਾਰਿਆਂ ਦੇ ਇਕੱਠਿਆਂ ਤੇ ਵੀਜ਼ੇ ਹਾਸਲ ਹੋਏ ਇੱਕ ਵੀ ਪਰਮਾਤਮਾ ਦੀ ਕਿਰਪਾ ਨਾਲ ਇਦਾਂ ਦੀ ਐਪਲੀਕੇਸ਼ਨ ਨਹੀਂ ਸੀਗੀ ਕਿ ਮੇਨ ਐਪਲੀਕੈਂਟ ਦਾ ਵੀਜ਼ਾ ਗ੍ਰਾਂਟ ਹੋਗਾ ਸਪਾਊਸ ਦਾ ਨਹੀਂ ਹੋਇਆ ਸੋ ਸੇਮ ਡੇ ਟ੍ਰੈਵਲ ਕਰ ਰਹੇ ਇੱਕੋ ਜਗ੍ਹਾ ਦੇ ਵਿੱਚ ਬਿਠਾ ਕੇ ਸੀ ਭੇਜਦੇ ਪਏ ਚਾਹੇ ਉਹ ਸਪਾਊਸ ਦੇ ਨਾਲ ਹੈ ਚਾਹੇ ਉਹ ਕਿੱਡ ਦੇ ਨਾਲ ਹੈ ਸਾਨੂੰ ਕੋਈ ਦਿੱਕਤ ਨਹੀਂ ਹੈ ਜੀ ਜੇ ਲੱਗਦਾ ਕਿਤੇ ਕੰਪਲਿਕੀਸ਼ਨ ਹੈ ਜਾਂ ਕੋਈ ਏਜੰਟ ਤੁਹਾਨੂੰ ਮਨ੍ਹਾ ਕਰ ਰਿਹਾ ਤੁਸੀਂ ਸਾਡੀ ਟੀਮ ਨੂੰ ਆ ਕੇ ਮਿਲ ਸਕਦੇ ਹੋ ਤੇ ਇਕੱਠਿਆਂ ਕੈਨੇਡਾ ਜਾਂਦਾ ਸੁਪਨਾ ਆਪਣਾ ਸਕਾਰ ਕਰ ਸਕਦੇ ਹੋ ਬਿਲਕੁਲ ਉਮੀਦ ਕਰਦੇ ਹਾਂ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਪਸੰਦ ਆਈ ਹੋਊਗੀ ਖਾਸ ਤੌਰ ਤੇ ਉਹਨਾਂ ਸਟੂਡੈਂਟ ਦੇ ਲਈ ਜੋ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਚਾਹੁੰ ਹਜੇ অপਸ਼ਨ ਹੈਗੀ ਐ ਕੁਛ ਦਿਨ ਨੇ ਦਸੰਬਰ ਦਾ ਬਹੁਤ ਘੱਟ ਸਮਾਂ ਤੁਸੀਂ ਇਮੀਡੀਏਟ ਇਸ ਨੰਬਰ ਦੇ ਉੱਤੇ ਕਾਲ ਕਰੋ ਜਾਂ ਕਿਸੇ ਵੀ ਓਮ ਗਲੋਬਲ ਦੇ ਨੇੜਲੇ ਆਫਿਸ ਦੇ ਵਿੱਚ ਪਹੁੰਚ ਕੇ ਜਿਵੇਂ ਤੁਸੀਂ ਚੰਡੀਗੜ੍ਹੋਂ ਜਲੰਧਰੋਂ ਜਾਂ ਆਪਣਾ ਨਾਲ ਦੇ ਨਾਲ ਬਠਿੰਡੇੋਂ ਅੰਮ੍ਰਿਤਸਰੋਂ ਤੇ ਨਾਲ ਦੇ ਨਾਲ ਜੇ ਕੋਈ ਹਰਿਆਣੇ ਤੋਂ ਆ ਭੇਵਾ ਔਰ ਜਮਨਾ ਨਗਰ ਦੇ ਵਿੱਚ ਪਹੁੰਚ ਕੇ ਜਿਹੜੀ ਹੈ ਨੇੜਲੀ ਬ੍ਰਾਂਚ ਦੇ ਵਿੱਚ ਇਨਫੋਰਮੇਸ਼ਨ ਲੈ ਸਕਦੇ ਹੋ ਖਾਸ ਤੌਰ ਤੇ ਜੀਆਈਸੀ ਜਿਹੜੀ ਫੀਸ ਵਧੀ ਹੈ ਉਸ ਨੂੰ ਲੈ ਕੇ ਸਾਡਾ ਖਾਸ ਤੌਰ ਤੇ ਰਿੱਕੀ ਸੰਧੂ ਜੀ ਨੂੰ ਇਨਵਾਈਟ ਕਰਨ ਦਾ ਮਕਸਦ ਸੀਗਾ ਸਟੂਡੈਂਟ ਨੂੰ ਕਲੀਅਰ ਕਰਨ ਦਾ ਮਕਸਦ ਕੋਈ ਮੈਸੇਜ ਤੁਸੀਂ ਛੋਟਾ ਜਿਹਾ ਦੇਣਾ ਚਾਹੋ ਦੇਖੋ ਬਹੁਤ ਸਾਰੇ ਸਟੂਡੈਂਟ ਐਸੇ ਹੈ ਜਿਨਾਂ ਨੂੰ ਹਜੇ ਵੀ ਲੱਗਦਾ ਕਿ ਓਮ ਗਲੋਬਲ ਇਨੀਸ਼ੀਏਟ ਲਿਆ 48 ਘੰਟਿਆਂ ਚ ਫਾਈਲ ਐਮਬੈਸੀ ਚ ਲਾ ਦੂਗਾ 26 27 28 ਤਰੀਕ ਨੂੰ ਫਾਈਲ ਦਵਾਂਗੇ ਸੋ 31 ਤਰੀਕ ਤੋਂ ਪਹਿਲੇ ਪਹਿਲੇ ਫਾਈਲ ਅੰਬੈਸੀ ਜਮ੍ਹਾਂ ਹੋ ਜਾਏਗੀ ਬਟ ਡਰ ਦਾ ਜਿਹੜਾ ਕਾਰਨ ਇਹਦੇ ਵਿੱਚ ਇਹ ਹੈਗਾ ਕਿ 크리스마ਸ ਨਿਊ ਇਅਰ ਦੀ ਛੁੱਟੀਆਂ ਪੈਣਗੀਆਂ ਜੋ ਕਿ ਕਈ ਗੰਮਣ ਛੁੱਟੀਆਂ ਨੇ ਜਿਹਦੇ ਕਰਕੇ ਬੈਂਕਸ ਵੀ ক্লোਜ਼ ਰਹਿਣਗੇ ਸੋ ਜੀਆਈਸੀ ਸਰਟੀਫਿਕੇਟ ਇਦਾਂ ਨਹੀਂ ਹੁੰਦਾ ਕਿ ਅੱਜ ਤੁਸੀਂ ਪੇ ਕੀਤਾ ਸ਼ਾਮੀ ਤੁਹਾਨੂੰ ਜੀਆਈਸੀ ਸਰਟੀਫਿਕੇਟ ਮਿਲ ਜਾਏਗਾ 2 ਤੋਂ 3 ਦਿਨ ਜੀਆਈਸੀ ਸਰਟੀਫਿਕੇਟ ਆਉਣ ਨੂੰ ਵੀ ਲੱਗਦੇ ਐ ਸੋ ਜਿਹੜੇ ਵੀ ਪਰਸਨ ਵਿਲਿੰਗ ਨੇ ਆਪਦਾ ਪੈਸਾ ਬਚਾਉਣਾ ਚਾਹੁੰਦੇ ਐ 20 ਤਰੀਕ ਤੱਕ ਮੈਂ ਜੋ ਪਰਸਨਲੀ ਜੋ ਕਹਿਣਾ ਚਾਹੂੰਗਾ ਕਿ 20 ਤਰੀਕ ਤੱਕ ਆਪਣੀ ਫਾਈਲ ਜਿਹੜੀ ਹੈ ਜੀਆਈਸੀ ਤੁਸੀਂ ਪ ਅਸੀਂ ਚਲਾ ਦਈਏ ਦੂਸਰੀ ਚੀਜ਼ ਇਹ ਹੈ ਕਿ ਜਦੋਂ ਬਹੁਤ ਜ਼ਿਆਦਾ ਫਲੋਨ ਐਪਲੀਕੇਸ਼ਨਸ ਲੱਗਦੀਆਂ ਨੇ ਸੋ ਕਿਤਨੇ ਕਿਤੇ ਸਾਈਟ ਵੀ ਸਲੋ ਹੋ ਜਾਂਦੀ ਹੈ ਐਮਬੈਸੀ ਦੀ ਸਾਈਟ ਜਿਹੜੀ ਸਲੋ ਕੰਮ ਕਰਨਾ ਸਟਾਰਟ ਕਰਦੀ ਹੈ ਕਈ ਵਾਰੀ ਬੰਦ ਵੀ ਹੋ ਜਾਂਦੀ ਹੈ ਸੋ ਆਪਾਂ 28 29 30 ਦੀ ਵੇਟ ਨਾ ਕਰੀਏ ਸੋ ਫਾਈਲ ਨੂੰ ਜਿੰਨੀ ਜਲਦੀ ਹੋ ਸਕੇ ਪਹਿਲਾਂ ਲਾ ਸਕੀਏ ਸੋ ਥੈਟ ਕਿ ਜਨਵਰੀ ਸਟਾਰਟਿੰਗ ਤੱਕ ਅਸੀਂ ਵੀਜ਼ਾ ਹਾਸਲ ਕਰਕੇ ਤੁਹਾਨੂੰ ਕੈਨੇਡਾ ਦਾ ਵੀਜ਼ਾ ਹਾਸਲ ਕਰਾ ਕੇ ਕੈਨੇਡਾ ਪਹੁੰਚਾ ਸਕੀਏ ਬਿਲਕੁਲ ਜਿਹੜੇ ਸਟੂਡੈਂਟ ਦਾ ਦੀ ਪਲੱਸ 2 ਕੀਤੀ ਹੋਈ ਹੈ ਆਇਲਰਟ ਕੀਤਾ ਹੋਇਆ ਤੁਹਾਡੇ ਓਵਰAllResult 6 ਬੈਂਡ ਹੈਗੇ ਕਰਦਾ ਜੀ ਤੁਸੀਂ ਪੀਟੀ ਕੀਤੀ ਹੋਈ ਹੈ ਤੇ ਤੁਹਾਡੇ 6 ਨੇ ਸਕੋਰ 올 ఓਵਰਲ ਤਾਂ ਤੁਸੀਂ ਓਮ ਗਲੋਬਲ ਨੂੰ ਕੰਟੈਕਟ ਕਰਕੇ ਜਿਹੜਾ ਕੈਨੇਡਾ ਜਾਣ ਦਾ ਸੁਪਨਾ ਆਪਣਾ ਜਨਵਰੀ ਇਨਟੇਕ ਜਾਂ ਜਨਵਰੀ ਤੋਂ ਪਹਿਲਾਂ ਪਹਿਲਾਂ ਜਿਹੜਾ ਹੈ ਪੂਰਾ ਕਰ ਸਕਦੇ ਹੋਰ ਆਪਣਾ ਜੀਆਈਸੀ ਦੇ ਜਿਹੜੇ ਵਧੇ ਹੋਏ ਪੈਸੇ ਨੇ ਫਾਈਲ ਜਿਹੜੀ ਮੈਸੇਜ ਦੇ ਵਿੱਚ ਲਾ ਕੇ ਆਪਣੇ ਪੈਸੇ ਵੀ ਬਚਾ ਸਕਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਰਿਕੀ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਇਹਦੇ ਨਾਲ ਨਾਲ ਸਰ ਲਾਸਟ ਇੱਕ ਮੈਂ ਮੈਸੇਜ ਦੇਣਾ ਚਾਹੁੰਗਾ ਕਿ ਜਿਹੜੇ ਵੀ ਸਟੂਡੈਂਟ ਐਸੇ ਆ ਤੁਸੀਂ 12th ਤੋਂ ਮਿਨੀਮਮ +2 ਪਾਸ ਕੀਤੀ ਹੈ 50% ਮਾਰਕਸ ਨੇ 6 ਬੈਂਡ ਤੁਹਾਡੇ ਓਵਰਲ ਆਇਲਸ ਦੇ ਵਿੱਚੇ ਨੇ ਚਾਹੇ 2 ਚ 5.5 ਜਾਂ 3 ਚ 5.5 ਇੱਕ ਮੋਡਿਊਲ ਚ 5 ਹੀ ਜਾਂ ਇੱਕ ਮੋਡਿਊਲ ਚ 4.5 ਤਾਂ ਵੀ ਵੈਲਕਮ ਆ ਜੀ ਤੁਹਾਡੇ ਓਵਰਲ 50% ਮਾਰਕਸ ਹੈ ਤਾਂ ਵੀ ਵੈਲਕਮ ਆ +2 ਉਹ ਗ੍ਰੈਜੂਏਟ ਆਫ ਮਾਸਟਰਸ ਕਰ ਚੁੱਕੇ ਨੇ ਪੜ੍ਹਾਈ ਦੇ ਵਿੱਚ ਅਗਰ 12-15 ਸਾਲ ਦਾ ਗੈਪ ਆ ਮੈਟਰ ਨਹੀਂ ਕਰੇਗਾ ਕੈਨੇਡਾ ਤੋਂ ਚਾਹੇ 10 ਤੋਂ 15 ਵਾਰ ਰਿਫਿਊਜ਼ ਹੋ ਗਏ ਆ ਤੁਸੀਂ ਸਾਡੀ ਟੀਮ ਨੂੰ ਆ ਕੇ ਮਿਲ ਸਕਦੇ ਹੋ ਬਿਨਾ ਕੋਈ ਨਿੱਕਾ ਪੈਸਾ ਖਰਚੇ ਤਾਡੀ ਐਪਲੀਕੇਸ਼ਨ 48 ਘੰਟਿਆਂ ਦੇ ਵਿੱਚ ਐਮਬੈਸੀ ਦੇ ਵਿੱਚ ਪੰਚਾਵਾਂਗੇ ਚਾਹੇ ਸਿੰਗਲ ਜਾਣਾ ਹੈ ਜਾਂ 스ਪਾ우스 ਜਾਣਾ ਹੈ ਸਿਰਫ ਆਪਣੀ ਜੀਏਸੀ ਅਰੇਂਜ ਰੱਖੋ ਸਾਨੂੰ ਕਾਲ ਨਾ ਕਰੋ ਡਾਇਰੈਕਟਲੀ ਸਾਡੇ ਆਫਿਸਿਸ ਦੇ ਵਿੱਚ ਆਓ ਆਪਦੇ ਪਰਿਵਾਰਕ ਮੈਂਬਰਾਂ ਨਾਲ ਲੈ ਕੇ ਆਓ ਵੱਡਿਆਂ ਨੂੰ ਲੈ ਕੇ ਆਓ so that ki ਇਨਫੋਰਮੇਸ਼ਨ ਲੈ ਕੇ ਨਾਲ ਨਾਲ ਤੁਸੀਂ ਆਪਣਾ ਵੀਜ਼ਾ ਅਪਲਾਈ ਕਰੋ 48 ਘੰਟਿਆਂ ਚ ਫਾਈਲ ਐਮਬੈਸੀ ਚ ਲਾਓ ਕੈਨੇਡਾ ਦਾ ਜਾਂਦਾ ਸੁਪਨਾ ਆਪਣਾ ਸਕਾਰ ਕਰੋ ਧੰਨਵਾਦ ਬਿਲਕੁਲ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਇਹ ਇਹ ਕਹਿਣ ਦਾ ਮਤਲਬ ਵੀ ਕਾਲ ਨਾ ਕਰੋ ਸਿੱਧਾ ਆਫਿਸ ਆਓ ਇਹੀ ਹੈ ਕਿ ਟਾਈਮ ਘੱਟ ਹੈ ਓਮ ਗਲੋਬਲ ਦਾ ਸੰਡੇ ਨੂੰ ਵੀ ਆਫਿਸ ਓਪ ਟਾਉਣਗੇ ਤੁਸੀਂ ਉਸ ਦਿਨ ਸੰਡੇ ਵਾਲੇ ਦਿਨ ਵੀ ਪਹੁੰਚ ਕੇ ਜਿਹੜੀ ਹੈ ਪੂਰੀ ਜਾਣਕਾਰੀ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਰਿੱਕੀ ਜੀ ਤੁਹਾਡਾ ਵੀ ਔਰ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੁਣੇ ਕਾਲ ਕਰੋ ਆਓ ਆਪਣਾ ਕੈਨੇਡਾ ਜਾਣ ਦਾ ਜਿਹੜਾ ਸੁਪਨਾ ਪੂਰਾ ਕਰੋ ਸਸਟੀਕ